ਤਸਵੀਰਾਂ ਬਸਤੀ ਜੋਧੇਵਾਲ ਦੌਲਤ ਕਲੋਨੀ ਲੁਧਿਆਣਾ ਦੀਆਂ ਨੇ, ਜਿੱਥੇ ਇੱਕ ਧਾਗਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨਾਲ ਲੱਗਦੇ ਮਕਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਭਿਆਨਕ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ਤੇ ਪਹੁੰਚੀਆਂ, ਪਰ ਇਹ 10 ਗੱਡੀਆਂ ਵੀ ਅੱਗ ਤੇ ਕਾਬੂ ਪਾਉਣ 'ਚ ਅਸਮਰੱਥ ਦਿਖਾਈ ਦਿੱਤੀਆਂ। ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਫੈਕਟਰੀ ਬਾਰੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਚੁੱਕੇ ਹਨ, ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਹਮਣੇ ਆ ਰਹੇ ਧਾਗਾ ਮਿਲਣਾ, ਉਸਕੇ ਬਾਅਦ ਗੱਠੇ ਪੜੀ ਥੀ ਔਰ ਆਸ ਪਾਸ ਕੇ ਘਰੋਂ ਮੇਂ ਆਗ ਲੱਗੀ ਹੈ ਔਰ ਦੋ ਘਰ ਜਲ ਕੇ ਰਾਖ ਹੋ ਗਏ। ਔਰ ਮੈਂ ਪ੍ਰਸ਼ਾਸਨ ਸੇ ਮੰਗ ਕਰਤਾ ਹੂੰ ਜੋ ਐਸੀ ਫੈਕਟਰੀਆਂ ਹੈ ਸ਼ਹਿਰ ਸੇ ਬਾਹਰ ਹੋਣੀ ਚਾਹੀਏ। ਜੇ ਧਾਗਾ ਮਿਲ ਹੈ, ਇਨਕੀ ਗਾਠੇ ਔਰ ਕੈਮੀਕਲ ਜੋ ਵੀ ਮਸ਼ੀਨੇ ਜਾਂ ਬਾਹਰ ਹੀ ਪੜੀ ਰਹਤੀ ਹੈ, ਇਨਕਾ ਕੋਈ ਪਤਾ ਨਹੀਂ। ਜੋ ਇਹਨਾਂ ਨੂੰ ਸਿਕਿਉਰਟੀ ਗਾਰਡ ਵੀ ਰੱਖਾ, ਬੋਲ ਵੀ ਬੀੜੀ ਖੜ ਕੇ ਪੀਤਾ ਬਾਹਰ, ਇਨਕੋ ਰਾਤ ਕੋ ਵੀ ਮੈਨੇ ਬੋਲਾ ਵੀ ਬੀੜੀ ਰਾਤ ਕੋ ਬਾਹਰ ਨਹੀਂ ਪੀਣੀ, ਜੇ ਮਾਲ ਪੜਾ ਹੈ, ਲੇਕਿਨ ਕਿਸੇ ਨੇ ਰੋਕ ਨਹੀਂ ਕੀਆ। ਰਾਤ ਕੋ ਕੁਛ ਨਹੀਂ ਹੋਆ, ਵੈਸੇ ਹੀ ਮੈਨੇ ਇਸਕੋ ਵੈਸੇ ਚੇਤਾਵਨੀ ਦੀ ਥੀ, ਮੈਂ ਕੱਲ ਕੁਛ ਕਾਮ ਹੋ ਗਿਆ ਤਾਂ ਕੈਸੇ ਹੋਗਾ, ਕਹਤਾ ਕੁਛ ਨਹੀਂ ਹੋਗਾ ਜੀ, ਇਨਕਾ ਕੋਈ ਬੰਦਾ ਆਇਆ ਤਾਂ ਕਹਤਾ ਮੈਂ ਮਾਲਕ ਹੂੰ, ਉਹ ਪਤਾ ਨਹੀਂ ਮਾਲਕ ਆਇਆ, ਉਹ ਮਾਲਕ ਨਜ਼ਰ ਨਹੀਂ ਆਤਾ ਰਾਤ ਵਾਲਾ। ਅਭੀ ਆਜ ਕਿਆ ਹੁਆ? ਆਜ ਤੋ ਇਹ ਪਤਾ ਨਹੀਂ ਕੈਸੇ ਆਗ ਲੱਗੀ ਹੈ, ਇਹ ਤੋ ਇਨਕੋ ਹੀ ਪਤਾ ਹੋਗਾ। ਮਸ਼ੀਨ ਅੰਦਰ ਹਮ ਤੋ ਅਭੀ ਸ਼ੋਪ ਸੇ ਆ ਰਹੇ ਹੈ, ਅਭੀ ਤੋ ਘਰ ਸੇ ਫੋਨ ਆਇਆ ਵੀ ਆਗ ਲੱਗੀ ਬਾਜ਼ਾਰ ਆਈ ਘਰ ਪੇ। ਇਹ ਕਿੰਨੀ ਵਾਰ ਮੈਂ ਤੁਹਾਨੂੰ ਆਪਣੇ ਲਿਖਤ ਦਿਖਾ ਸਕਦਾ ਇਹਨਾਂ ਦਾ ਬਿਆਨ ਵੀ ਇੱਥੇ ਕੋਈ ਗੱਡੀ ਨਹੀਂ ਲੱਗੂਗੀ, ਕੋਈ ਇੱਥੇ ਗੱਠਾਂ ਨਹੀਂ ਪਈਆਂ। ਮੇਰੇ ਕੋਲ ਲਿਖਤ ਹੈ ਪੁਲਿਸ 'ਚ, ਮੈਂ ਸ਼ਿਕਾਇਤ ਵੀ ਕੀਤੀ, ਲਿਖਤ ਮਾਫੀ ਮਾਮਾ ਵੀ ਮੰਗਿਆ ਹੋਇਆ, ਮੇਰੇ ਕੋਲ ਲਿਖਿਆ ਪਿਆ ਇਹਨਾਂ ਦਾ, ਉਹ ਵੀ ਤੁਹਾਨੂੰ ਮੈਂ ਦਿਖਾ ਦੂੰਗਾ। ਠੀਕ ਹੈ, ਥੈਂਕ ਯੂ ਭਾਈ। ਇਹ ਬਹੁਤ ਬੜੀ ਇੱਕ ਗਲੀ ਮੈਂ ਆਰਨ ਕਪੂਰ ਐਂਡ ਕੰਪਨੀ ਮੈਂ, ਇਹ ਇੱਕ ਧਾਗੇ ਕੀ ਗਈ ਗੋਡਾਊਨ ਥਾ, ਇਹ ਗੋਡਾਊਨ ਇਤਨਾ ਬੜਾ ਥਾ ਕਿ ਰੈਜੀਡੈਂਸ਼ੀਅਲ ਏਰੀਏ ਮੇਂ ਥਾ। ਇਸਕਾ ਜੋ ਹੈ ਲੈਂਥ ਉਹ ਤਕਰੀਬਨ 400-150 ਫੁੱਟ ਲੰਬੇ ਥੇ। ਇਨਕਾ ਮਾਲ ਬਾਹਰ ਤੱਕ ਥਾ ਜਿਸਨੇ ਆਪ ਪਕੜ ਲਿਆ, ਔਰ ਇਹ ਰੈਜੀਡੈਂਸ਼ੀਅਲ ਏਰੀਏ ਮੇਂ ਚਲੇ ਗਈ ਹੈ। ਵਹਾਂ ਪਰ ਹਮ ਪੂਰੀ ਕੰਟਰੋਲ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਜਲਦੀ ਕੰਟਰੋਲ ਹੋ ਜਾਏ। ਹਮਾਰੀ 12-13 ਗਾੜੀਆਂ ਪਹੁੰਚ ਗਈ ਹੈ, ਹਮ ਇਸਕੋ ਜਲਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੁਧਿਆਣਾ ਤੋਂ ਵਿਵੇਕ ਢੱਲ, ਖਬਰ ਹਰਪਲ ਇੰਡੀਆ ਲਈ।